करियो दया दी टाटियां नु सत के छे टाटियां नु सत के छे वार सुनी जो दया दी हो जस रश पाल तो हिंदूवादी जी सोच है नहीं गल केसा धारी हो अगे वे बुलंदियों को छूहे याद करो कवि ने बड़े कमाल दिया लाइना लिखिया कहता जोबत रुकते सुरों का सूरज तुर गया खिड़ी दोपहर को जिस मां ने पुत तो पानी मार के पीना सी उस मां पीना पै गया पुत की मौत दे जहर अज उस मां अमृत कौर ये जिहड़ा साडा साफ सूरत चेहरा है ना जिहड़े ब्राह्मणवादी लोग ने यह चाहे लालच देन बंदे नूं लालच उन्हों सिर तो लाओ लालच दे के जे लालच नहीं फिर ऐसे फिर सख्ती तो भी कम लेंगे मैं गल इतों शुरू कर दा सख्ती तो भी कम साबत सूरत रूप रब की ना करनी विसाखी वाले दिन याद करो की माप सौ सुनवे का कलगिया वाले पातशाह ने सू मोहर दिखती ये मेरा न्यारा है न्यारा लखा की करोड़ों के पहचान होगी आ रहा
ਬਾਜਾ ਵਜਦਾ ਸਿੰਘ ਟੱਕਿਓ ਦੇ ਜਦੋਂ ਫਿਰੋਜ਼ਪੁਰ ਤੋਂ ਜਾਓ ਫਾਜ਼ਿਲਕੇ ਨੂੰ ਅਤੇ ਉਸ ਪਿੰਡ ਦੇ ਦਰਸ਼ਨ ਕਰਕੇ ਆਇਓ ਪਿੰਡ ਜਾਇਓ ਦੋ ਪਿੰਡ ਦੇ ਨਾਮਾਂ ਨਾਲ ਜਾਣਿਆ ਜਾਂਦਾ ਇੱਕ ਰਾਮਨਗਰ ਇੱਕ ਜੱਟਾਂ ਵਾਲੀ ਪਿੰਡ ਦਾ ਨਾਮ ਰਾਮਨਗਰ ਜੱਟਾਂ ਵਾਲੀ ਇੱਕ ਗੱਲ ਮੈਂ ਇੱਥੇ ਕਹਿ ਰਿਹਾ ਆਗੂ ਦੇ ਜਿਹੜੇ ਆਗੂ ਉਹ ਕੌਮ ਦੀ ਕਿਸਮਤ ਬਣਾਉਂਦੇ ਵੀ ਨੇ ਤੇ ਆਗੂ ਕੌਮ ਨੂੰ ਡੋਬ ਵੀ ਦਿੰਦੇ ਨੇ ਜਦੋਂ ਬੇਈਮਾਨ ਹੋ ਜਾਣ ਪ੍ਰਸੰਗ ਸੁਣਿਆ ਤੁਸੀਂ ਇਹ ਉਸ ਸਮੇਂ ਦਾ ਪ੍ਰਸੰਗ ਹੈ ਜਦੋਂ ਕੌਮ ਨੇ ਉਹ ਦੇਸ਼ ਨੇ 98 ਸਾਲ ਅੰਗਰੇਜ਼ਾਂ ਦੀ ਗੁਲਾਮੀ ਝੱਲੀ 98 ਸਾਲ ਕਿਉਂ ਉਦੋਂ ਰਾਜ ਸੀ ਸਾਡਾ ਪਹਿਲਾ ਰਾਜ ਸਾਡੇ ਝੰਡੇ ਤੇ ਹੁੰਦੇ ਸਨ ਉਹ ਕਿਸੇ ਖੱਬੀ ਖਾਨ ਦੀ ਤਾਕਤ ਹਿੰਮਤ ਨਹੀਂ ਸੀ ਉਹ ਪੰਜਾਬ ਦੇ ਵੱਲ ਅੱਖ ਕਰਕੇ ਵੇਖਦਾ ਪਰ ਜਦੋਂ ਬੇਈਮਾਨ ਜਦੋਂ ਖੁਦਗਰ ਚ ਜਦੋਂ ਚੌਧਰੀ ਦੇ ਭੁੱਖੇ ਆਗੂ ਬਣ ਕੇ ਡੋਗਰੇ ਉਹਨਾਂ ਨੇ ਉਹ ਕੁਰਬਾਨੀਆਂ ਵਾਲਾ ਰਾਜ ਗੁਆ ਦਿੱਤਾ ਫਿਰ 98 ਸਾਲ ਅਸੀਂ ਗੁਲਾਮੀ ਝੱਲੀ ਆਗੂ ਬਣਾਉਂਦੇ ਵੀ ਨੇ ਆਗੂ ਡੋਬ ਵੀ ਦਿੰਦੇ ਨੇ ਕੌਮ ਦੀ ਕਿਸਮਤ ਸਮਾਂ ਆ ਗਿਆ ਉਸ ਮਰਦ ਦੇ ਕੋਲੇ ਕੌਮ ਦੀ ਅਗਵਾਈ ਆਈ ਪੰਥ ਦੀ ਅਗਵਾਈ ਆਈ ਜਿਸ ਮਰਦ ਦਾ ਆਪਾਂ ਨਾਂ ਲੈਂਦੇ ਹਾਂ ਤੇ ਅੱਜ ਦੇ ਨਾਲ ਸੀਸ ਝੁਕ ਜਾਂਦਾ ਉਹ ਸੰਤ ਸੰਤ ਬਾਬਾ ਜਗੈਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਵੀ ਨੇ ਐਵੇਂ ਨਹੀਂ ਲਿਖਿਆ ਉਹ ਕਹਿੰਦਾ ਜਿਹਨੇ ਨੇੜੇ ਕਰੇ ਦੀਦਾਰ ਕਰੇ ਉਹ ਝੁਕੇ ਨਹੀਂ ਸਰਕਾਰਾਂ ਤੋਂ ਜਿਹਨੇ ਕੰਨੇ ਸੁਣ ਲੈ ਬੋਲ ਕਰੇ ਉਹ ਨਾ ਘਬਰਾਏ ਮਾਰਨ ਤੋਂ ਉਹ ਦੁਨੀਆਂ ਮੌਤੋਂ ਡਰੀਆਂ ਨੇ ਸੰਘਰਸ਼ ਕਰ ਕਰਕੇ ਸਿੱਖਾਂ ਨੇ ਸੰਘਰਸ਼ ਕੀਤਾ ਤੁਸੀਂ ਤਾਂ ਹੱਕ ਮਿਲੇ ਤਾਂ ਆਜ਼ਾਦੀ ਮਿਲੀ ਸਮਾਂ ਆ ਗਿਆ ਕਹਿੰਦੇ ਰਸਤੇ ਰੋਕੋ ਮੋਰਚਾ ਲੱਗਿਆ ਹੋਇਆ ਧਰਮ ਦਾ ਮੋਰਚਾ ਸ਼ੁਰੂ ਕਹਿੰਦੇ ਰਸਤੇ ਰੋਕੋ ਇਹਨਾਂ ਨੇ ਹੱਕ ਐਵੇਂ ਨਹੀਂ ਦੇਣੀ ਉਹ ਬਿਨਾਂ ਜੁੱਤੀਆਂ ਕਦੇ ਹਕੂਮਤ ਹਾਸਲ ਹੋਈ ਨਾ ਆਪਣੇ ਹੱਕੀ ਰਾਜ ਕਿਸੇ ਨੂੰ ਦਿੰਦਾ ਕੋਈ ਨਾ ਕੋਈ ਨਹੀਂ ਰਾਜ ਦਿੰਦਾ ਸਮਾਂ ਸੀ 5 ਅਪ੍ਰੈਲ ਦਾ ਦਿਨ ਚੜ੍ਹਨ ਉਸ ਦਿਨ ਪੂਰੇ ਪੰਜਾਬ ਦੇ ਵਿੱਚ ਰਸਤੇ ਰੋਕੇ ਜਾਣੇ ਨੇ ਉਹ ਜੱਟਾਂ ਵਾਲੀ ਪਿੰਡ ਦਾ ਇੱਕ ਅੰਮ੍ਰਿਤਧਾਰੀ ਸਿੰਘ ਲਾਭ ਸਿੰਘ ਵੀ ਆਖਿਆ ਨੂੰ ਲਹਿਰ ਸਿੰਘ ਵੀ ਆਖਿਆ ਉਹ ਆਪਣੇ ਘਰੋਂ ਸ਼ਾਮਾਂ ਨੂੰ ਤੁਰਿਆ ਜਦੋਂ ਵਜੇ 5:30 ਪਿੰਡ ਵਿੱਚ ਫਿਰਦਾ ਘਰ ਘਰ ਦਿੰਦਾ ਗੇੜੇ ਤੇ ਤਿਆਰ ਕਰਦਾ ਵੀ ਕੱਲ੍ਹ ਨੂੰ ਆਪਾਂ ਰਸਤਾ ਰੋਕਣਾ ਜਿਹੜਾ ਰੋਡ ਜਾ ਰਿਹਾ ਇਹ ਰੋਕਣਾ ਤਾਂ ਰਸਤਾ ਰੋਕਣਾ ਮਹਾਂਪੁਰਖ ਪੂਰੇ ਪੰਜਾਬ ਨੂੰ ਇਹ ਸੱਦਾ ਦਿੱਤਾ ਆਪਾਂ ਜਾ ਕੇ ਬਹਿਣਾ ਹੀ ਸੜਕ ਤੇ ਪਰ ਸਮਾਂ ਹੀ ਐਸਾ ਸੰਗਤ ਜੀ ਮਾਹੌਲ ਹੀ ਐਸਾ ਉਹ ਮਰਦ ਖਲੋਤੇ ਕਰਦੇ ਨੇ ਮਰਦ ਡੱਬਿਆ ਕਰਦੇ ਨੇ ਕਦੇ ਕਹਿ ਕਦੇ ਕਮਜ਼ੋਰ ਕਦੇ ਬੁਜ਼ਦਲ ਲੋਕ ਦੇ ਸਟੈਂਡ ਨਹੀਂ ਲਿਆ ਕਰਦੇ ਉਦੋਂ ਸਮਾਂ ਸੀ ਤਸ਼ੱਦਦ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਪਰ ਕਿਸੇ ਨੇ ਹਾਮੀ ਨਾ ਭਰੀ ਸੰਗਤ ਜੀ ਕਿਸੇ ਨੇ ਹਾਮੀ ਨਾ ਭਰੀ ਕੱਲ੍ਹ ਨੂੰ ਨਾ ਤੇਰੇ ਲਾਸ ਨੇ ਚੱਲਾਂਗੇ ਕਿਸੇ ਨੇ ਗੱਲ ਨਾ ਕਹੀ ਇਹ ਉਦਾਸ ਹੋ ਕੇ ਵਾਪਸ ਆ ਗਿਆ ਜਦੋਂ ਘਰ ਘਰ ਫਿਰਿਆ ਹੈ ਨਾ ਜਿਹਨਾਂ ਘਰਾਂ 'ਚ ਜਾਣਾ ਸੀ ਵਾਪਸ ਆ ਗਿਆ ਜਦੋਂ ਘਰੇ ਆਇਆ ਘਰ ਵਾਲੇ ਨੇ ਵੇਖਿਆ ਵੀ ਉਦਾਸ ਆ ਬਹਿ ਗਿਆ ਮੰਜੇ ਤੇ ਅੱਗੇ ਹੋਈ ਜੀਵਨ ਸਾਥਣ ਕਹਿੰਦੀ ਕੀ ਗੱਲ ਏ ਉਦੋਂ ਇਹਨੇ ਇੱਕ ਗੱਲ ਕਹੀ ਕਹਿੰਦਾ ਜੇ ਅੱਜ ਮੇਰੇ ਪੁੱਤ ਹੁੰਦਾ ਨਾ ਮੈਂ ਪਿੰਡ ਦੇ ਵਿੱਚ ਐਵੇਂ ਫਿਰਨੇ ਨਹੀਂ ਸੀ ਉਹਨੂੰ ਕੱਲ੍ਹ ਲੈ ਜਾਣਾ ਸੀ ਇਹਦੇ 5 ਧੀਆਂ ਸੀ 5 ਧੀਆਂ ਕਹਿੰਦਾ ਜੇ ਅੱਜ ਮੇਰੇ ਪੁੱਤ ਹੁੰਦਾ ਇਹਦੀ ਵੱਡੀ ਧੀ 19 ਸਾਲਾਂ ਦੀ ਸੀ ਉਹਨੇ ਸੁਣ ਲਿਆ ਕਦੇ ਬਾਪੂ ਪੁੱਤ ਦੀ ਗੱਲ ਕਰਦਾ ਵੀ ਮੇਰੇ ਧੀਆਂ ਹੀ ਨਹੀਂ ਉਹ ਕੋਲ ਆ ਗਈ ਆਪਣੇ ਪਿਤਾ ਜੀ ਦੇ ਕੋਲ ਆ ਕੇ ਕਹਿੰਦੀ ਬਾਪੂ ਤੇਰੇ ਮਨ ਚ ਇਹ ਗਿਆ ਵੀ ਅਸੀਂ ਧੀਆਂ ਮੇਰੇ ਧੀਆਂ ਨੇ ਮੇਰੇ ਪੁੱਤ ਕੋਈ ਨਹੀਂ ਬਾਪੂ ਕਿਉਂ ਨਾ ਸੋਚ ਜੇ ਕੱਲ ਜਾਣ ਦੀ ਗੱਲ ਕਰਦਾ ਨਾ ਅਸੀਂ 5 ਭੈਣਾਂ ਤੇਰੇ ਨਾਲ ਪਵਾਂਗੀਆਂ ਤੇਰੇ ਨਾਲ ਚੱਲਾਂਗੀਆਂ ਬਾਪੂ ਉਹ ਘੁੱਟ ਕੇ ਗਲਵੱਕੜੀ ਵਿੱਚ ਲੈ ਲਈ ਆਪਣੀ ਧੀ ਬਾਕੀ ਦੀਆਂ ਵੀ ਆ ਗਈਆਂ ਧੀਆਂ ਸਾਰੀ ਰਾਤ ਕੱਢ ਲਈ ਅਮਰਤ ਵੇਲੇ ਉੱਠ ਕੇ ਇਸ਼ਨਾਨ ਪਾਠ ਕਰਕੇ ਉਹ ਪੂਰੇ 7 ਮੈਂਬਰ ਪਰਿਵਾਰ ਦੇ 7 ਜੀ 5 ਧੀਆਂ ਆਪ ਤੇ ਆਪਣੀ ਜੀਵਨ ਸਾਥ ਤੇ ਘਰੋਂ ਹੀ ਸ਼ਤੀਰੀਆਂ ਚੁੱਕ ਲਈਆਂ ਜਾ ਰੱਖੀਆਂ ਛੱਤ ਤੇ 2.5 ਘੰਟੇ ਵਾਹਿਗੁਰੂ 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 ਕਹਿ ਕੇ ਉਹ ਸੂਰਮੇ ਨੇ ਰਸਤਾ ਰੋਕਿਆ ਭਾਈ ਲਾਭ ਸਿੰਘ ਫੁੱਲ ਜੋ ਮਹਾਂਪੁਰਖਾਂ ਦਾ ਹੁਕਮ ਤੇ ਫੁੱਲ ਚੜ੍ਹਾਏ ਸੂਰਮੇ ਨੇ ਸ਼ਾਮਾਂ ਨੂੰ ਗੁਰੂ ਹਰਸ ਰਾਏ ਦਾ ਥਾਣੇ ਦਾ ਸੀ ਬਿੱਛੂ ਰਾਮ ਉਹਨੇ ਚੁੱਕਿਆ ਚੁੱਕੇ ਥਾਣੇ ਲੈ ਗਿਆ ਪਹਿਲਾ ਸਵਾਲ ਸੀ ਅੰਮ੍ਰਿਤ ਕਿਸ ਤੋਂ ਛਕਿਆ ਦੇਖੋ ਅੰਮ੍ਰਿਤ ਕਿਸ ਤੋਂ ਛਕਿਆ ਉਹ ਕਹਿੰਦਾ ਮਹਾਂਪੁਰਖਾਂ ਤੋਂ ਭਿੰਡਰਾਂ ਵਾਲਿਆਂ ਤੋਂ ਛਕ ਕੇ ਆਇਆ ਕਹਿੰਦਾ ਮੈਂ ਇਹੀ ਭਾਵਦਾ ਸੀ ਲੱਗ ਗਿਆ ਕੁੱਟਣ ਨਿਰਵਸਤਰ ਕੀਤਾ ਸਿੰਘ ਕੁੱਟੀ ਗਿਆ ਕੁੱਟੀ ਗਿਆ ਕੁੱਟੀ ਗਿਆ
ਉਹ ਬੇਹੋਸ਼ ਹੋ ਗਿਆ। ਇੱਥੇ ਵਸ ਨਹੀਂ, ਵੇਖੋ ਕਿਵੇਂ ਰੱਖਦਾ ਸਾਡਾ ਆ ਦਾੜਾ। ਕੈਂਚੀ ਲਈ ਇੱਕ ਅੰਮ੍ਰਿਤਧਾਰੀ ਸਿੰਘ ਦੀ ਦਾੜੀ ਕੱਟ ਦਿੱਤੀ, ਉਹਦਾ ਦਾੜਾ ਕੱਟ ਦਿੱਤਾ। ਦੂਜੇ ਦਿਨ ਪੰਚਾਇਤ ਗਈ, ਜਦੋਂ ਪੰਚਾਇਤ ਗਈ ਲਾਭ ਸਿੰਘ ਬਾਹਰ ਕੱਢਿਆ ਹਵਾਲਾਤ ਦੇ ਵਿੱਚੋਂ, ਆਖੜਾ ਤੱਕ ਗਿਆ ਬਿੱਛੂ ਰਾਮ ਕੋਰੀ ਉਹ ਕੇਸ ਨੇ ਉਸ ਪਵਿੱਤਰ ਦਾੜੇ ਦੇ, ਉਹਨੇ ਨਾਲੇ ਦਾ ਹੱਥ ਤੇ ਧਰਤੇ ਲਾਭ ਸਿੰਘ ਦੇ ਹੱਥ ਤੇ, ਹੱਥ ਤੇ ਧਰ ਕੇ ਆ ਵੇਖੋ ਹੰਕਾਰ ਦੇ ਵਿੱਚ ਘਮੰਡ ਦੇ ਵਿੱਚ ਜਿਸ ਬੰਦੇ ਨੂੰ ਹੰਕਾਰ ਹੋ ਗਿਆ ਸਮਝ ਹੋ ਗਿਆ, ਉਹਨੇ ਜਿਹੜੇ ਬੋਲ ਬੋਲੇ ਨੇ ਉਹਨੇ ਬੋਲ ਬੋਲੇ ਬਿੱਛੂ ਰਾਮ ਨੂੰ, ਕਹਿੰਦਾ ਮੈਂ ਕੱਟੀ ਆ ਦਾੜੀ ਮੈਂ, ਕਹਿੰਦਾ ਕਹਿ ਦਿੱਤਾ ਕਿ ਭਿੰਡਰਾਂ ਵਾਲੇ ਨੂੰ ਜੋ ਕਰਨਾ ਕਰ ਲਵੇ, ਉਹਦਾ ਜ਼ਿਕਰ ਮੇਰੇ ਸਾਥੀ ਸੁਖਦੇਵ ਸਿੰਘ ਸਰਜੀਤ ਸਿੰਘ ਤੇ ਸੁਪਾਲ ਸਿੰਘ ਗਾ ਕੇ ਹੈ ਇੰਜ ਦੱਸੋ। ਬੈਠਾ ਜਾਣ ਪਹੁੰਚ ਕੇ ਆਪਣੀ ਵੇਲੇ ਵਿੱਚ।
याद रखियो जेड़ा तशद्दुद सिंघां ते तशद्दुद होया ना खालसा ते आपां अरदास दे विच जिक्र करदे आ ने जिन्हां ने खोपड़ियां लहाईआं जेड़े चरखड़ियां ते जेड़े जिन्हां ने बंद बंद करवाए देखो जिन्हां ने मास तरवाया ये आपां गल्लां करदे मुगलां दे काल दीआं फिर अंग्रेजा का समा आया तशद्दुद का जिहड़ा रूप सी ना उह बदलदा गिआ पर इतिहास दसदा इतिहास की बैठे ने हजे जिन्होंने झलिया तशद्दुद जिन्हों अखा सामने होया 60 साल जो सिख कौम ने तशद्दुद झलिया जो दुखी तिकी ने जो चक्कर चटते पर जो आजादी मिलेगी इतने मुसलमान दी लाइना लिखी मुसलमान ने फिरोजद्दीन शाह वो की लिखता सुनियो वो कहता जो कौम के देश उ खून शहीदां दा लुजण जांदा मेहंदी वोहना दे हत्थां ते लगदी आ गल हुई कुर्बानियां करन वाले तुसी ते राज भाग मानण वाले ओ लोक दुखी तिकी फिर इत्थे ही बस नहीं पहला गवर्नर सी चंदू लाल त्रिवेदी पंजाब का पहला गवर्नर इहनू हदायतां दित्तियां गईआं हदायतां भई तू सद इहने पुलिस थाणियां दे मुखी सकत्तर ते डिप्टी कमिश्नर बुलाए ते आ गल कही सिख कौम दे जिन्नियां सख्तियां कीतियां जाण उन्नियां ही थोड़ियां ओए हजे तां पूरे 2 महीने नहीं होए 60 दिन पूरे नहीं सी 55 ही दिन होए सी 10 अक्टूबर 1947 सी हजे तां 2 महीने नहीं पूरे होए सानू आ मैडल दे दिता आ सर्टिफिकेट दे दिता साडे गल च पा दिता वी सिख कौम एक जिरिया पेशा कौम है आ सानू सर्टिफिकेट दिता वी 2 महीने नहीं आजादी होंदी वेखो बदल गया तशद्दुद दा रूप आपां नूं पता जे भाई दयाले दा तुसीं इतिहास दे विच नाम लैणे हो ना फिर गुरदेव सिंह देबू दी कुर्बानी याद कर लिया करो वी गुरदेव पाणी चों वार दित्ता उहदी कुर्बानी नूं याद कर लिया करो जे आपां बाबा बंदा सिंह बहादुर दी गल करदे वी जालमां दीआं अखां कढ़ियां अमरोक सिंह बब्बर दी ओह तशद्दुद दी कहानी याद करियो ओहदीआं अखां तां कढ दित्तियां जदों अखां कढ़ियां जदों लहराज दा समर होया उहने लहराज कीती उहनां दे जालमां दे मूंह ते चपेड़ सी ਭਾਈ ਮਲਕੀਤ ਸਿੰਘ ਦਾਨ ਸਿੰਘ ਬਾਲਾ 3 ਦਿਨ ਲੈਟਰੀਨ ਵਾਲੇ ਟੋਇਲਟ ਵਿੱਚ ਪੁੱਠਾ ਲਮਕਾਈ ਰੱਖਿਆ ਪੁੱਠਾ ਲਮਕਾ ਕੇ ਰੱਖਿਆ ਉਹ ਰਿਸ਼ਪਾਲ ਸਿੰਘ ਛੰਦੜਾ ਨੂੰ ਯਾਦ ਕਰਿਓ ਉਹਦੇ ਪਲਾਸ ਦੇ ਨਾਲ ਸਾਰੇ ਦੰਦ ਖਿੱਚ ਦਿੱਤੇ ਵੇਖੋ ਤਸ਼ੱਦਦ ਦਾ ਨਵਾਂ ਰੂਪ ਆ ਵੇਖੋ ਤਸ਼ੱਦਦ ਦਾ ਨਵਾਂ ਰੂਪ ਆ ਗਿਆ ਉਹਨਾਂ ਲੋਕਾਂ ਕੋਲੋਂ ਜਿਨ੍ਹਾਂ ਨੂੰ ਤੁਸੀਂ ਆਜ਼ਾਦੀ ਦਵਾਈ ਅੱਗੇ ਆਜ਼ਾਦੀ ਦਾ ਦਿਨ ਆ ਗਿਆ ਆਜ਼ਾਦੀ ਦਾ ਦਿਨ ਆ ਰਿਹਾ ਬਲਵਿੰਦਰ ਸਿੰਘ ਗੰਗਾ ਬੱਬਰ ਸੀ सारी रात पेट्रोल की भाली पीनी कदे उंगल ते पा के अग लाई कदे गुट ते पा के अग लाई सारी रात उन इस तरह साड़ दी अवतार सिंह छतराण और गर्म प्रेसा कर करके उहदे शरीर ते लाइया गईआं अख नूं नंगा कीता गर्म प्रेसा लाई उहदे शरीर ते गर्म प्रेसा ला ला के फिर देखियो इत्थे वसनी संग्राम सिंह बब्बर धरती च कीला कर लिया जिवें आपां मझण बन्नण नूं वड़दे आ उहनूं तो तिखा कर लिया एक ने उहनूं सिर बन्नियो पा लिया दूजे ने उहनूं पैरां बन्नियो फिर पेट पासे करके ना पुट्ठा करके पेट वाले ढिड वाला पासे उत्ते मारदे गए उहनूं पर पर जिन्ना चिर उह कीला आर पार नूं लंघ गया आर पार मैं कैसेट करवाई झूठे पुलिस मुकाबले रिलीज हो जाणी है यूट्यूब ते चल रही है किली बोदला पिंड है ਕਿਲੀ ਬੋਦਲਾ ਪਿੰਡ ਮੱਖੂ ਤੋਂ 7 ਕਿਲੋਮੀਟਰ ਦੂਰੀ ਤੇ ਉੱਥੇ ਜਿਹੜਾ ਤਸ਼ੱਦਦ ਦਾ ਤੁਸੀਂ ਰੂਪ ਸੁਣ ਲਵਾਂ ਜਿਹੜਾ ਉੱਥੇ ਹੋਇਆ ਉਹ ਨਹੀਂ ਕਦੇ ਵੀ ਹੋਇਆ ਭੈਣਾਂ ਮੇਰੀਆਂ ਮਾਤਾਵਾਂ ਬੈਠੀਆਂ ਇਹ ਰਸੋਈ ਦੇ ਵਿੱਚ ਕੱਦੂਕਸ਼ ਵਰਤਦੀਆਂ ਕੱਦੂਕਸ਼ ਉੱਥੇ ਕੀ ਹੋਇਆ ਉੱਥੇ ਇੱਕ ਭਰਾ ਅਜੀਤ ਸਿੰਘ ਇੱਕ ਭਰਾ ਦਲੀਪ ਦਲਵੀਰ ਸਿੰਘ ਦੋ ਭਰਾ ਨੇ ਬਾਪੂ ਬਾਹਰ ਗਿਆ ਹੋਇਆ ਘਰੇ ਬਜ਼ੁਰਗ ਮਾਤਾ 90 ਸਾਲ ਦੀ ਉਮਰ ਹੈ ਉਹਦੀ ਨੂੰਹ ਮਨਜੀਤ ਕੌਰ ਉਹਨਾਂ ਦੇ ਪੋਤਰੇ ਨੇ ਨਿੱਕੇ ਨਿੱਕੇ ਇੱਕ ਦੀ ਉਮਰ ਸੀ 1.5 ਸਾਲ ਇੱਕ ਦੀ ਲੜਕੀ ਦੀ ਉਮਰ ਸੀ 3 ਸਾਲ ਵੇਖੋ ਬੱਚਿਆਂ ਨੂੰ ਲੈ ਕੇ
बजुर्ग माता तक अर्थ मंगिया उन्होंने किया गया घर के अज भी उस घर के उस संगत जी भेड़ कला उन्होंने बनिया गया गवाही देंगे सारे परिवार के दी सब तो वड्डी सरे दा पहले उन्होंने आ पुकी जो एक दूजे सामने उन्होंने अर्थ मंगिया कर लिया फिर चुक के रसोई विचो कद्दू कश उन्होंने शरीर तो सारे का सारा मास उतार दिता उन्होंने इतों तक वो डेढ़ साल का बच्चा भी बख्शिया फिर गर्म लुक ते उत्ते गर्म तेल पाया रला ते शद्दा भी ते जे अज दाड़ी कट दित्ती भाई राव सिंह दी ते नाले ए गल कही भी कह दो भिंडरां वाले नूं ओ सूरमा पहुंच गया पहुंच गया वेखो कई बार ऐसियां अतफाक दीआं गल्लां जुड़ जांदीआं वीरेंद्र जी सिंह बैंस कत्तर बैठे ने एक कुदरती तौर पर कहते उस दिन असि है ही उठे है ही उठे जब मंजी साहब के बोलता से मर्द जस मर्द दिया धुम्मां दिया सत्थां तो लैके दिल्ली की पावी मिनट तक पीने की मैद के ऐसा कनख से गैरता टीका लाया स्ट्रक्चर पर पई कौम खड़ी कर दी अपने पैरों पर उस मर्द ने बोलना है कहते एक चप्पल पाई जो दौड़िया जाता से चप्पलों का भी खड़का ओनू भी आखदा कहते क्यों चप्पलों का खड़का कर लगे सुन महापुरख की कहें फिर उस दिन गल कही कहते संगत जी अलाप सिंह आया जी दाढ़ी कट दी उदो इक्कीआं का भोग पिया सी इक्की वख वख थावां ते शहीद हो कहते ने गोली मार दी इहदे गोली मार दिंदे जे असी इक्कीआं दी अज अंत अरदास कीती असी बाईआं दी अरदास करदे असि बाईआं दी अरदास करदे इहदीआं धीआं मैं पंथ के महापुरख कहते संत बाबा जरनैल सिंह जी खालसा भिंडरां वाले कहते मैं पंथ के झोली अज लैणी सी ते संगत नूं आखणा सी वी कोई तेल फुल पा दिओ मैं इहदीआं धीआं नूं अपनीआं धीआं बणा के पालदा ते नाले उहनां दे विआह करदा पर आ कम ना करता दाढ़ी कट के ते आ गल कहनी भी जो करना सो कर ले संगत की असी की करना असी की करना पर मेरी एक गल सुनियो मंजी साहब की धरती ते उदो 24 अप्रैल 1983 सी जदों उस संत सिपाही ने उस मरदे कौम ने जदों आ गल कही कहिंदे दाढ़ी कटवा के ताना मरवा के चुप करके बहना ਇਹਦੂ ਵੱਡੀ ਕੋਈ ਬੁਜ਼ਲੀ ਨਹੀਂ ਹੋ ਸਕਦੀ ਕੋਈ ਕੈਦ ਨਹੀਂ ਹੋ ਸਕਦੀ ਉਹ ਬੋਲਣ ਦਾ ਜ਼ਿਕਰ ਮਾਵਾ ਜਿੱਥਾ ਕਰਦੇ ਹੈ ਇੱਜ ਕਰਦਾ We'll be right back.
ਉਹਦਾ ਕਾਰਨਾਮਾ ਉਹਨੇ ਜਿਹੜਾ ਬਦਲਾ ਲਿਆ ਉਹ ਇਹੀ ਸਾਨੂੰ ਸਿੱਖਿਆ ਦਿੰਦਾ ਬੰਦੇ ਦਾ ਮੁੱਲ ਜ਼ੁਬਾਨ ਨਾਲ ਦਿੰਦਾ ਜ਼ੁਬਾਨ ਨਾਲ ਜਿਸ ਬੰਦੇ ਦੀ ਜ਼ੁਬਾਨ ਨਹੀਂ ਉਹ ਲੋਕੀ ਵੀ ਉਸ ਤੋਂ ਪਿਛਾਂ ਹਟ ਜਾਇਆ ਕਰਦੇ ਨੇ ਉਹ ਸੂਰਮੇ ਨੇ 21 ਸਾਲ ਥੋੜੇ ਨਹੀਂ ਹੁੰਦੇ 21 ਸਾਲ ਸੰਗਤ ਜੀ ਅੱਜ ਬੰਦਾ ਕੋਈ ਗੱਲ ਕਰਦਾ ਕਿਤੇ ਨਾ ਜ਼ੁਬਾਨ ਕਰਦਾ ਇੱਕ ਰਾਤ ਹੀ ਲੰਘਦੀ ਹੈ ਇੱਕ ਰਾਤ ਦੂਜੇ ਦਿਨ ਯਾਦ ਵੀ ਨਹੀਂ ਰਹਿੰਦੇ ਬੋਲ ਵੀ ਮੈਂ ਕਿਹੜੇ ਸਾਂਝੇ ਕੀਤੇ ਸਨ ਪਰ 21 ਸਾਲ ਆਪਣੀ ਜ਼ੁਬਾਨ ਤੇ ਪੱਕਾ ਕਿਹਾ ਭਾਵੇਂ ਸਮਾਂ ਤਾਂ 6-7 ਮਹੀਨੇ ਦਾ ਲੰਘ ਗਿਆ ਪਰ ਆ ਗਿਆ ਦਸੰਬਰ ਮਹੀਨਾ 1983 ਦਾ ਆ ਗਿਆ ਸੂਰਮੇ ਮਗਰ ਫਿਰਦੇ ਸਨ ਭਾਈ ਅਜੈ ਸਿੰਘ ਮਹਾਕਾਲ ਦਾ ਨਾਂ ਆਉਂਦਾ ਭਾਈ ਜਰਨੈਲ ਸਿੰਘ ਦਾ ਨਾਂ ਆਉਂਦਾ ਭਾਈ ਰਸਾਲ ਸਿੰਘ ਦਾ ਨਾਂ ਆਉਂਦਾ ਇਹ ਤਿੰਨ ਸੂਰਮੇ ਦਸੰਬਰ ਦੇ ਮਹੀਨੇ ਪੋਹ ਦਾ ਮਹੀਨਾ ਸ਼ੁਰੂ ਹੋ ਗਿਆ ਪੋਹ ਦਾ ਮਹੀਨਾ ਚੜ ਗਿਆ 18 ਦਸੰਬਰ 1983 ਦੇ ਵਿੱਚ ਜਦੋਂ 18 ਦਸੰਬਰ ਨੂੰ ਠੰਡ ਵੀ ਜ਼ੋਰ ਤੇ ਸੀ ਬਸ ਥਾਣੋਂ ਬਾਹਰ ਨਿਕਲਿਆ ਨਾਲ ਉਹਦੇ ਗਾਰਡ ਨੇ ਮੰਡੀ ਵਿੱਚ ਆ ਗਿਆ ਅਗਨੂੰ ਭੇਜਿਆ ਜਾਂ ਉਹ ਖੋਖੇ ਤੋਂ ਚਾਹ ਲੈ ਕੇ ਆ ਉਹਨੇ ਚਾਹ ਲਿਆ ਦਿੱਤੀ ਗਰਮ ਗਰਮ ਚਾਹ ਪੀਂਦਾ ਚੁਸਕੀਆਂ ਲੈ ਕੇ ਠੰਡ ਦੂਰ ਕਰਦਾ ਇਹ ਬਿੱਛੂ ਬੜਾ ਹੰਕਾਰੀ ਸੀ ਜਦੋਂ ਸੂਰਮੇ ਪਹੁੰਚੇ ਸਰਦਾਰ ਅਜੈਬ ਸਿੰਘ ਮਹਾਕਾਲ ਜਰਨੈਲ ਸਿੰਘ ਭਾਈ ਰਸਾਲ ਸਿੰਘ ਇਹ ਮੋਟਰਸਾਈਕਲ ਤੇ ਹੋ ਕੇ ਸਵਾਰ ਪਹੁੰਚ ਗਏ ਨੇ ਉਹ ਖੜਾ ਦਾਣਾ ਮੰਡੀ ਵਿੱਚ ਬਿਸ਼ੂ ਬੇਗ ਸਿੰਘ ਪੈ ਗਏ ਕਿਸੂ ਸਿੰਘਾ ਕਰਕੇ ਬਿਸ਼ੂ ਬਿਸ਼ੂ ਮੱਛੀਆਂ ਹਾਰ ਪੁਕਾਰਾ ਨੇ ਉਹ ਬਿਸ਼ੂ ਰੋਣ ਦਾ ਕੱਛੂ ਬਣਾਤਾ ਸਿੰਘ ਸਰਦਾਰਾਂ ਨੇ ਸਰਦਾਰ ਅਜੈਬ ਸਿੰਘ ਮਹਾਕਾਲ ਨੇ ਘੋੜਾ ਲੱਭਿਆ ਤੇ ਕਾਰ ਕਾਰ ਕਰਦੀਆਂ ਤਿੰਨ ਗੋਲੀਆਂ ਉਹਦੇ ਸਿਰ ਵਿੱਚ ਹੈ ਇਸ ਪਾਪ
वाहिगुरु जी का खालसा वाहिगुरु जी की फतेह। वाहिगुरु जी का खालसा।